ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਕਰੋਨਾ ਦੇ ਕਹਿਰ ਤੇ ਸਰਕਾਰ ਨੇ ਇਹਨਾਂ ਲੋਕਾਂ ਨੂੰ ਦਿੱਤਾ ਵੱਡਾ ਤੋਹਫਾ ਆਈ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਹੀ ਕਰ ਦੇਣਾ ਕੋਵਿਡ-19 ਮਹਾਮਾਰੀ ਕਾਰਨ ਪੂਰਾ ਦੇਸ਼ ਪ੍ਰਭਾਵਿਤ ਹੈ ਇਸ ਮਹਾਮਾਰੀ ਤੋਂ ਨਾ ਸਿਰਫ ਭਾਰਤ ਸਗੋ ਪੂਰੀ ਦੁਨੀਆ 'ਚ ਬਹੁਤ ਕੁਝ ਬਦਲ ਗਿਆ ਹੈ ਲੋਕਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੇ ਹਾਲਾਤ ਵਿੱਚ ਜਨਤਾ ਦਾ ਬੋਝ ਘਟੌਣ ਲਈ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਰੋਨਾ ਕਾਲ ਚ ਲੋਕਾਂ ਨੂੰ ਬੀਮਾ ਦਾ ਮਹੱਤਵ ਸਮਝ ਆਇਆ ਹੈ ਇਸ ਲਈ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦਿਆ ਸਰਕਾਰ ਨੇ ਇੰਪਲਾਈ ਡਿਜੀਟਲ LOCET ASSOCIATION SCHEME 1976 ਅਧੇਨ ਦਿੱਤੀ ਜਾਣ ਵਾਲੀ ਬੀਮਾ ਰਾਸ਼ੀ ਦੀ ਸੀਮਾ ਬਦਾ ਦਿੱਤੀ ਹੈ ਇਹ ਸਰਕਾਰੀ ਯੋਜਨਾ ਦੇਣ ਹੁਣ ਬੀਮਾ ਰਾਸ਼ੀ ਨੂੰ ਸੀਮਾ 7 ਲੱਖ ਰੁਪਏ ਤੱਕ ਕਰ ਦਿੱਤੀ ਹੈ ਇਮਪਲਾਈਸ ਪ੍ਰੋਫਿਟ ਐਂਡ ਫੰਡ ਸਾਈਜ਼ਨੇਸ਼ਨ ਸੌਰੀ ਆਇਜ਼ੋਹੇਸ਼ਨ ਨੇ ਆਪਣੇ ਸਬਸਕ੍ਰਾਈਬਰਾਂ ਮੈਂਬਰ ਮੁਲਾਜ਼ਮ ਨੂੰ ਜੀਵਨ ਬੀਮਾ ਦੀ ਸਹੂਲਤ ਦਿੱਤੀ ਹੈ EPF ਉਹਦੇ ਸਾਰੇ ਸਬਸਕ੍ਰਾਈਬਰ ਮੁਲਾਜ਼ਮ ਡਿਪਾਰਟਮੈਂਟਸ लोकेटेड एसोसिएशन स्कीम इंश्योरेंस स्कीम तहत कवर ਹੁੰਦੇ ਨੇ ਹੁਣ ਇਨਸ਼ੋਰੈਂਸ ਕਵਰ ਦੀ ਧਨ ਰਾਸ਼ੀ ਵੱਧ ਤੋਂ ਵੱਧ 7 ਲੱਖ ਰੁਪਏ ਕੀਤੀ ਗਈ ਹੈ ਜਦਕਿ ਪਹਿਲਾ 6 ਲੱਖ ਰੁਪਏ ਸੀ ਕੀਤ ਮੰਤਰੀ ਸੰਤੋਸ਼ ਗੰਗਾਗੜ ਦੀਪਤ ਗਾਂਗੀ ਹੇਟ EPFO ਦੇ ਕੇਂਦਰੀ ਟਰਸਟੀ ਬੋਰਡ ਨੇ 9 ਸਤੰਬਰ 2020 ਨੂੰ ਡਿਜੀਟਲ ਤਰੀਕ ਆਜਾਜਿਤ ਬੈਠਕ ਵਿੱਚ EDLI ਯੋਜਨਾ ਤਹਿਤ ਵੱਤਵਤ ਬੀਮਾ ਰਾਸ਼ੀ 7 ਲੱਖ ਕਰ ਦਿੱਤੀ ਹੈ ਗੰਗਾਵਰ ਨੇ ਕਹਾ ਕਿ ਕੀਰਤਨੇ ਰੋਜ਼ਗਾਰ ਮੰਤਰਾਲੇ ਨੇ 28 April ਨੂੰ Indian AI ਯੋਜਨਾ ਤਹਿਤ ਵੱਤਵਤ ਬੀਮਾ ਰਾਸ਼ੀ ₹7 ਲੱਖ ਦਾ ਕੰਡਾ ਫੈਸਲਾ ਕੀਤਾ ਹੈ ਖਬਰ ਨੂੰ ਲਾਸਟ ਤੱਕ ਦੇਖਣ ਲਈ